वाहिगुरु जी का खालसा, वाहिगुरु जी की फतेह। अज असी NRI वीरां नूं ते जिहड़े वीर साडे हिंदुस्तान च जां पंजाब च है, जिन्हां ने शहरां दे विच कलोनियां दे विच प्लाट लै के छड्डे पए है, ਉਹ ਵੀਰਾਂ ਨਾਲ ਥੋੜ੍ਹਾ ਵਿਚਾਰ ਵਟਾਂਦਰਾ ਕਰਨ ਲੱਗੇ ਹਾਂ। ਇਹ ਵੀਰਾਂ ਨੂੰ ਆਪਾਂ ਇਹ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਬਹੁਤ ਹੀ ਪੰਜਾਬ ਲਈ ਖੁਸ਼ੀ ਦੀ ਗੱਲ ਹੈ ਵੀ ਜਿਹੜਾ NRI ਵੀਰਾਂ ਨੇ ਪ੍ਰੋਪਰਟੀ ਦਾ ਕੰਮ ਕੀਤਾ ਪੰਜਾਬ ਵਿੱਚ, ਅਤੇ ਕੁਝ ਸਾਡਿਆਂ ਵੀਰਾਂ ਨਾਲ ਧੱਕਾ ਵੀ ਹੋਇਆ, ਕੁਝ ਵੀਰਾਂ ਦੀਆਂ ਪ੍ਰੋਪਰਟੀਆਂ ਲੋਕਾਂ ਨੇ ਜ਼ਬਤ ਵੀ ਕਰ ਲਈਆਂ, ਕਈਆਂ ਦੇ ਕੋਰਟ ਵਿੱਚ ਕੇਸ ਚੱਲ ਰਹੇ ਹੈ, ਅਤੇ ਇੱਦਾਂ ਦੀਆਂ ਬਹੁਤ ਸਾਰੀਆਂ ਪ੍ਰੋਬਲਮਾਂ ਖਾਸ ਕਰਕੇ NRI ਵੀਰਾਂ ਨੂੰ ਆਈਆਂ ਜਿਨ੍ਹਾਂ ਦੀਆਂ ਪਿੰਡਾਂ ਜਾਂ ਸ਼ਹਿਰਾਂ ਵਿੱਚ ਪ੍ਰੋਪਰਟੀਆਂ ਹੈ। ਪਰ ਅੱਜ ਇੱਕ ਮੈਂ NRI ਵੀਰਾਂ ਨੂੰ ਅਤੇ ਆਪਣੇ ਵੀਰਾਂ ਨੂੰ ਇੱਕ ਸਲਾਹ ਆਪਾਂ ਦੇਣੀ ਚਾਹੁੰਦੇ ਹਾਂ ਵੀ ਜਿਹੜਿਆਂ ਵੀਰਾਂ ਦੇ ਸ਼ਹਿਰਾਂ 'ਚ ਪਲਾਟ ਹੈ ਉਹਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਤੁਸੀਂ ਕਿਸੇ ਨਾ ਕਿਸੇ ਨੂੰ ਜ਼ਰੂਰ ਦੇਵੋ, ਜਾਂ ਕਲੋਨੀ ਦੀ ਸੁਸਾਇਟੀ ਨੂੰ ਦੇਵੋ, ਜਾਂ ਜਿਹੜਾ ਤੁਹਾਡਾ ਕੋਈ ਵਿਸ਼ਵਾਸ ਪਾਤਰ ਹੈ, ਕੋਈ ਉਹਦਾ ਪਲਾਟ ਦੇ ਲਾਗੇ ਜਾਂ ਕਿਸੇ ਦਾ ਘਰ ਹੈ, ਜਾਂ ਕੋਈ ਤੁਹਾਡਾ ਰਿਸ਼ਤੇਦਾਰ ਹੈ, ਜਾਂ ਜਿਹਨੂੰ ਵੀ ਤੁਸੀਂ ਚਾਹੁੰਦੇ ਹੋ, ਤੁਸੀਂ ਉਹ ਪਲਾਟ ਦੀ ਜ਼ਿੰਮੇਵਾਰੀ ਦਿਓ। ਕਿਉਂ ਆਹ ਜਿਹੜੀ ਰੁੱਤ ਚੱਲ ਰਹੀ ਹੈ ਬਰਸਾਤ ਦੀ, ਇਹਦੇ ਵਿੱਚ ਜੇ ਆ ਕੇ ਦੇਖਿਆ ਜਾਵੇ ਤਾਂ ਉਹ ਦੇਖੋ ਵੀ ਉਹ ਪਲਾਟਾਂ ਦਾ ਕੀ ਹਾਲ ਹੈ। ਇੱਕ ਤਾਂ ਕੁਝ ਲੋਕ ਇੱਦਾਂ ਦੇ ਹੈ ਵੀ ਉਹ 20 ਰੁਪਈਏ ਕੂੜੇ ਵਾਲੇ ਨੂੰ ਨਹੀਂ ਦੇ ਸਕਦੇ, ਉਹ ਘੁਮਾ ਕੇ ਲਿਫਾਫਾ ਉਂਗਲ ਨਾਲ ਸਿੱਧਾ ਹੀ ਉਹ ਪਲਾਟ 'ਚ ਮਾਰਦੇ ਹੈ। ਇੱਕ ਤਾਂ ਉਹ ਪਤਾ ਨਹੀਂ ਫਿਰ ਲੱਗਦਾ ਵੀ ਉਹ ਸੁੱਟ ਕੌਣ ਰਿਹਾ ਹੈ, ਹੁੰਦਾ ਤਾਂ ਕੋਈ ਨਾ ਕੋਈ ਆਪਣਾ ਹੀ ਹੈ, ਜਾਂ ਤਾਂ ਕੋਈ ਸਕੂਟਰ 'ਤੇ ਜਾਂਦਾ ਜਾਂਦਾ ਸੁੱਟ ਦਿੰਦਾ ਹੈ। ਬਹੁਤ ਵਾਰੀ ਦੇਖਣ ਨੂੰ ਮਿਲਿਆ ਜਦੋਂ ਅਸੀਂ ਰੋਡ 'ਤੇ ਜਾਈਦਾ, ਚੰਗਾ ਭਲਾ ਬੰਦਾ ਹੁੰਦਾ ਹੈ ਜਾਂ ਲੇਡੀਜ਼ ਹੁੰਦੀ ਹੈ, ਉਹਨਾਂ ਸਕੂਟਰ ਦੇ ਗੱਬੇ ਜਿਹੜਾ ਲਿਫਾਫਾ ਰੱਖਿਆ ਸੀ ਬੇਸਟਿੰਗ ਵਾਲਾ, ਉਹ ਜਾਂਦਾ ਜਾਂਦਾ ਹੌਲੀ ਦਿਨੀ ਕਿ ਚੌਂਕ 'ਤੇ ਸੁੱਟ ਦਿੰਦਾ ਹੈ। ਅੱਛਾ, ਉਹ ਫਿਰ ਬੰਦਾ ਜਾ ਵੀ ਕਿ ਆਫਿਸ ਡਿਊਟੀ ਵਾਸਤੇ ਰਿਹਾ ਸੀ, ਉਹ ਜੈਂਟਲਮੈਨ ਬੰਦੇ ਹੁੰਦੇ ਆ, ਪਰ ਕੰਮ ਉਹਨਾਂ ਦੇ ਹੁਣ ਉਹਦੇ ਵਾਸਤੇ ਕੋਈ ਲੈਂਗੁਏਜ ਯੂਜ ਕਰਨ ਨੂੰ ਦਿਲ ਨਹੀਂ ਕਰਦਾ ਵੀ ਆਪਾਂ ਉਹਨਾਂ ਨੂੰ ਕੀ ਕਹੀਏ। ਅਤੇ ਵੀਰਾਂ ਨੂੰ ਅਸੀਂ ਬੇਨਤੀ ਇਹ ਕਰਨੀ ਚਾਹੁੰਦੇ ਹਾਂ ਵੀ ਜਿਹੜੇ ਉਹ ਪਲਾਟ ਹੈ ਉਹਨਾਂ ਦਾ ਸਾਫ ਸਫਾਈ ਦਾ ਧਿਆਨ ਰੱਖੋ, ਜਾਂ ਤਾਂ ਉਹਦੇ ਵਿੱਚ ਕੋਈ ਚੰਗੀ ਕਿਸਮ ਦੇ ਪੌਦੇ ਲਾਓ, ਇਹ ਅੱਗੇ ਵੀ ਆਪਾਂ ਇੱਕ ਦੋ ਵਾਰੀ ਬੇਨਤੀਆਂ ਕੀਤੀਆਂ ਸੀ, ਜਾਂ ਤਾਂ ਚੰਗੀ ਕਿਸਮ ਦੇ ਉਹਦੇ ਵਿੱਚ ਪੌਦੇ ਲਾ ਦਿਓ। ਬਹੁਤ ਤਰ੍ਹਾਂ ਦੇ ਪੌਦੇ ਹੈ, ਹਾਰ ਸ਼ਿੰਗਾਰ ਦਾ ਹੀ, ਫਿਰ ਆਪਾਂ ਲੈਤੀ ਦੇ ਹੈ, ਮਤਲਬ ਬੇਸਾਬੇ ਚੰਗੇ ਚੰਗੇ ਪੌਦੇ ਹੈ ਕਿ ਜਿਹਦਾ ਕਲੋਨੀ ਨੂੰ ਵੀ ਫਾਇਦਾ ਆਈ ਅਤੇ ਜਿਹਦਾ ਪਲਾਟ ਹੈ ਉਹਨੂੰ ਵੀ ਫਾਇਦਾ ਆਈ। ਜੇ ਤੁਸੀਂ ਉਹ ਨਹੀਂ ਲਾਉਣੇ, ਕੋਈ ਹੋਰ ਜਿਹੜਾ ਕੋਈ ਤੁਹਾਨੂੰ ਚੰਗਾ ਲੱਗਦਾ ਵੀ ਚਲੋ ਅਸਾਂ ਉਹ 'ਚ ਫੁੱਲਾਂ ਦੀ ਖੇਤੀ ਕਰਾ ਦਿੰਦੇ ਹਾਂ, ਕਿ ਮਾਲੀ ਨੂੰ ਦੇ ਦਿਓ, ਕਿ ਨਰਸਰੀ ਵਾਲੇ ਨੂੰ ਦੇ ਦਿਓ, ਵੀ ਯਾਰ ਆ ਸਾਡਾ ਪਲਾਟ ਤੂੰ ਸਾਫ ਸਫਾਈ ਆ ਰੱਖ, ਉਹਦਾ ਪ੍ਰੋਪਰ, ਜੇ ਤੁਹਾਨੂੰ ਕਿਸ ਗੱਲ ਦਾ ਫਿਕਰ ਹੈ ਉਹਦਾ ਪ੍ਰੋਪਰ ਉਹਦਾ ਕੋਰਟ ਵਿੱਚ ਜਾ ਕੇ ਲਿਖ ਲਗਾਈਆ ਕਰ ਲਓ। ਨਹੀਂ ਤਾਂ ਦੁਨੀਆ ਚੱਲਦੀ ਹੈ ਸਾਰੀ ਬੇਈਮਾਨੀ ਨਾਲ ਨਹੀਂ ਚੱਲਦੀ, ਜੇ ਆਪਾਂ ਇਹ ਸੋਚ ਲਈਏ ਕਿ ਪਤਾ ਨਹੀਂ ਆਪਾਂ ਜਿਹਨੂੰ ਕਹਿਤਾ ਯਾਰ ਉਹਨੂੰ ਮਾਲੀ ਲੈਣਾ ਹੈ, ਇੱਦਾਂ ਦੀ ਵੀ ਕੋਈ ਗੱਲ ਨਹੀਂ ਗੀ। ਐਵੀਂ ਚਲੋ ਜਿਹਨਾਂ ਨਾਲ ਹੋਈਆਂ ਉਹ ਵਿਚਾਰੇ ਤਾਂ ਕਹਿਣਗੇ, ਪਰ ਜਿਹੜਾ ਇਸਦੇ ਕਲੋਨੀਆਂ 'ਚ ਹਾਲ ਹੈ ਬੰਦਿਆਂ ਤੋਂ ਉੱਪਰ ਉੱਪਰ ਤੱਕ ਭੰਗ ਬੂਝੇ ਇਹ ਹੋਏ ਪਏ, ਅਤੇ ਸਰਕਾਰ ਦਾ ਵੀ ਇਹਦੇ ਵੱਲ ਕੋਈ ਧਿਆਨ ਨਹੀਂ ਹੈ। ਜੇ ਪਿੱਛੇ ਰਹੇ ਸਰਕਾਰਾਂ ਨੇ ਮਾੜਾ ਜਿਹਾ ਰੂਲ ਲੱਗੇ ਸਟਾਰਟ ਕਰਨ ਵੀ ਜਿਹੜੇ ਪਲਾਟ ਹੈ ਇਹਨਾਂ 'ਤੇ ਇਨਕਮ ਟੈਕਸ ਵੀ ਲਾਇਆ ਜਾਊਗਾ, ਅਤੇ ਬਹੁਤ ਸਾਰੇ ਸਾਡਿਆਂ ਵੀਰਾਂ ਦੇ ਇਹ 'ਤੇ ਕਮੈਂਟ ਆਏ ਸੀ, ਪਰ ਕਿਤੇ ਨਾ ਕਿਤੇ ਜਾ ਕੇ ਇਹ ਪ੍ਰੋਬਲਮਾਂ ਖੜੀਆਂ ਹੋ ਰਹੀਆਂ। ਇਹ ਜਿਹੜੇ ਪਲਾਟ ਇੱਦਾਂ ਕਲੋਨੀਆਂ ਦੇ ਵਿੱਚ ਪਏ ਹੈ
ਇਹ ਕੋਈ ਵੀ ਸਾਡਾ ਵੀਰ ਹੈ ਜ਼ਿਆਦਾਤਰ ਤੇ ਆਪਣੇ NRI ਵੀਰ ਹੈ। ਚਲੋ ਬਹੁਤ ਚੰਗੀ ਗੱਲ ਹੈ, ਉਹਨਾਂ ਨੇ ਇੱਥੇ ਕੋਈ ਕਾਰੋਬਾਰ ਕੀਤਾ ਹੀ, ਪੈਸਾ ਲਾਇਆ ਹੀ, ਬਹੁਤ ਚੰਗੀ ਗੱਲ ਹੈ। ਇੱਥੇ ਵੀ ਸਾਡੇ ਕੁਝ ਵੀਰ ਹੈ, ਉਹਨਾਂ ਦੇ ਵੀ ਪਲਾਟ ਹੈਗੇ ਆ, ਪਰ ਇਹਨਾਂ ਨੂੰ ਯਾਰ ਸਾਂਭੋ ਜ਼ਰੂਰ। ਇਹਨਾਂ ਵਿੱਚ ਪੌਦੇ ਲਾ ਦਿਓ, ਫੁੱਲ ਲਾ ਦਿਓ, ਕੋਈ ਸਬਜ਼ੀਆਂ ਲਾ ਦਿਓ ਕਿ ਬਈਏ ਨੂੰ ਦੇ ਦਿਓ, ਜਿਹਨੂੰ ਵੀ ਤੁਸੀਂ ਦੇਣਾ ਚਾਹੁੰਦੇ ਹੋ ਦਿਓ, ਪਰ ਇਸ ਗੱਲ ਵੱਲ ਧਿਆਨ ਜ਼ਰੂਰ ਦੇਵੋ। ਇਹ ਤੁਹਾਡਾ ਪੰਜਾਬ ਹੈ, ਜਿੱਥੇ ਤੁਸੀਂ ਪਲਾਟ ਲਿਆ ਹੀ ਉਹ ਤੁਹਾਡੀ ਕਲੋਨੀ ਹੈ, ਤੁਸੀਂ ਰਹਿਣਾ ਹੀ, ਤੁਸੀਂ ਵੇਚਣਾ ਹੀ, ਜੇ ਸਾਫ਼ ਸੁਥਰਾ ਹੋਏਗਾ ਚੰਗੇ ਪੈਸੇ ਮਿਲ ਜਾਣਗੇ, ਅਤੇ ਨਹੀਂ ਤਾਂ ਉਹਦੇ ਵਿੱਚ ਸੱਪ ਦਾ ਵਾਸਾ ਹੋ ਜਾਂਦਾ ਜੀ, ਪਤਾ ਨਹੀਂ ਕਿਹੜੇ ਕਿਹੜੇ ਜਾਨਵਰ ਉਹ ਪਲਾਟ 'ਚ ਫਿਰ ਰਹਿੰਦੇ ਹੈ, ਕੀ ਉੱਥੇ ਫਿਰ ਹੁੰਦਾ ਜੀ। ਫਿਰ ਤੁਸੀਂ ਤਾਂ ਦੂਰ ਦੁਰਾਡੇ ਬੈਠੇ ਹੋ, ਜਿਹੜੇ ਇੱਥੇ ਲੋਕ ਬੈਠੇ ਹੈ ਉਹ ਫਿਰ ਵਿਚਾਰੇ ਪਰੇਸ਼ਾਨ ਹੁੰਦੇ ਆ, ਨਾਲੇ ਤਾਂ ਉਹ ਚੰਗਾ ਮੰਦਾ ਬੋਲਦੇ ਆ ਵੀ ਯਾਰ ਇਹ ਕੀ ਹੋ ਰਿਹਾ ਜੀ। ਅਤੇ ਮੈਂ ਵੀਰਾਂ ਨੂੰ ਹੱਥ ਜੋੜ ਕੇ ਇਹ ਬੇਨਤੀ ਕਰਦੇ ਹਾਂ ਵੀ ਜਿਹੜੇ ਕਲੋਨੀਆਂ 'ਚ ਪਲਾਟ ਪਏ ਹੈ ਇਹਨਾਂ ਨੂੰ ਆਪਣਾ ਸਾਂਭੋ ਜ਼ਰੂਰ। ਇਹਨਾਂ ਦਾ ਬਹੁਤ ਬੁਰਾ ਹਾਲ ਹੈ, ਉਹਨਾਂ ਨੂੰ ਜਾਂ ਸੁਸਾਇਟੀਆਂ ਨੂੰ ਜਾਂ ਆਪਣੇ ਕੇ ਰਿਸ਼ਤੇਦਾਰ ਨੂੰ ਨਹੀਂ, ਅਤੇ ਫਿਰ ਕੋਈ ਨਾ ਕੋਈ ਜੇ ਸਰਕਾਰ ਕਾਨੂੰਨ ਬਣਾਉਂਦੀ ਹੈ ਫਿਰ ਆਪਾਂ ਸਰਕਾਰ ਨੂੰ ਦੋਸ਼ੀ ਗਿਣਦੇ ਹਾਂ ਵੀ ਸਾਡੀ ਪ੍ਰੋਪਰਟੀ ਆ, ਸਰਕਾਰ ਕੌਣ ਦੀ ਕਾਨੂੰਨ ਬਣਾਉਣ ਵਾਲੀ। ਅਤੇ ਜੇ ਫਿਰ ਸਰਕਾਰ ਨੇ ਕੋਈ ਕਾਨੂੰਨ ਲਾਗੂ ਕਰਤਾ ਤਾਂ ਫਿਰ ਉਹ ਮੁਸ਼ਕਲ ਆ ਜਾਣੀ, ਅਤੇ ਨਹੀਂ ਤਾਂ ਸਾਡੀ ਵੀਰਾਂ ਨੂੰ ਬੇਨਤੀ ਹੈ ਕਿ ਇਹ ਜਿਹੜੇ ਪਲਾਟ ਹੈ ਇਹਨਾਂ ਨੂੰ ਆ ਕੇ ਸਾਂਭੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।